ਐਸਰੋ ਦੀ ਇੱਕ ਵੱਡੀ ਖਬਰ ਆ ਰਹੀ ਹੈ, ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ ਹੋ ਗਿਆ ਹੈ। ਅੱਜ ਚੰਡੀਗੜ੍ਹ PGI ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਕੱਲ ਬਰਨਾਲਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ। ਐਸਰੋ ਦੀ ਵੱਡੀ ਖਬਰ, ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ ਹੋ ਗਿਆ ਹੈ। PGI ਚੰਡੀਗੜ੍ਹ ਵਿੱਚ ਉਹ ਜ਼ੇਰੇ ਇਲਾਜ ਸਨ, ਜਿੱਥੇ ਕਿ ਉਹਨਾਂ ਨੇ ਅੱਜ ਆਖਰੀ ਸਾਹ ਲਏ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ। ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਤਮਿਲਨਾਡੂ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅੰਡਮਾਨ ਨਿਕੋਬਾਰ ਦੇ ਗਵਰਨਰ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ ਸੁਰਜੀਤ ਸਿੰਘ ਬਰਨਾਲਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ, ਜਿਨ੍ਹਾਂ ਦਾ ਕਿ ਅੱਜ ਦੇਹਾਂਤ ਹੋ ਗਿਆ। ਇੱਕ ਵੱਡਾ ਨਾਮ ਪੰਜਾਬ ਦੀ ਸਿਆਸਤ ਦੇ ਵਿੱਚ। ਇਸ ਖਬਰ 'ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਪੱਤਰਕਾਰ ਜਗਤਾਰ ਭੁੱਲਰ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਜ਼ਰੀਏ ਚੰਡੀਗੜ੍ਹ ਤੋਂ ਜੁੜ ਰਹੇ ਨੇ। ਜਗਤਾਰ, ਤਾਂ ਇੱਕ ਪੰਜਾਬ ਦੀ ਜਿਸ ਵੇਲੇ ਸਿਆਸਤ ਦੀਆਂ ਲੜਾਈ ਇੱਕ ਵੱਡੀ ਚੱਲ ਰਹੀ ਹੈ, ਉਸ ਵੇਲੇ ਇੱਕ ਵੱਡੇ ਸਿਆਸੀ ਆਗੂ ਦਾ ਚਲੇ ਜਾਣਾ ਇੱਕ ਵੱਡੇ ਦੁਖਾਂਤ ਦੀ ਖਬਰ ਕਿਹਾ ਜਾ ਸਕਦਾ? ਬਿਲਕੁਲ ਬਲਵਿੰਦਰ, ਕਹਿ ਸਕਦੇ ਹੈਗੇ ਕਿ ਪੰਜਾਬ ਵਾਸਤੇ, ਖਾਸ ਕਰਕੇ ਬਰਨਾਲਾ ਪਰਿਵਾਰ ਔਰ ਜਿਹੜੇ ਬਰਨਾਲਾ ਪਰਿਵਾਰ ਦੇ ਸਮਰਥਕ ਨੇ, ਉਹਨਾਂ ਵਾਸਤੇ ਇੱਕ ਵੱਡਾ ਘਾਟਾ ਕਹਿੰਦੇ ਕਿ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਸੂਬਿਆਂ ਦੇ ਗਵਰਨਰ ਵੀ ਰਹਿ ਚੁੱਕੇ ਤੇ ਉਹ ਆਪਣੀ 92 ਸਾਲ ਦੀ ਉਮਰ ਭੋਗ ਕੇ ਕਹਿ ਸਕਦੇ ਇਸ ਫਾਨੀ ਦੁਨੀਆ ਤੋਂ ਅਲਵਿਦਾ ਹੋਏ ਨੇ। ਪਰਸੋਂ ਦਾ ਉਹਨਾਂ ਨੂੰ PGI ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰਕ ਮੈਂਬਰ ਦੱਸ ਰਹੇ ਹੈਗੇ ਨੇ ਔਰ ਕਹਿ ਸਕਦੇ ਕਿ ਅੱਜ ਉਹਨਾਂ ਨੇ ਆਪਣੀ ਅੰਤਿਮ ਸਾਹ ਲਈ ਹੈ। 1985-1987 ਲਗਭਗ ਉਹ 2 ਸਾਲ ਪੰਜਾਬ ਦੇ ਮੁੱਖ ਮੰਤਰੀ, 11ਵੇਂ ਮੁੱਖ ਮੰਤਰੀ ਹੈਗੇ ਸੀ, ਉਹ ਇਹਨਾਂ ਨੇ ਪੰਜਾਬ ਵਿੱਚ ਰਾਜ ਕੀਤਾ ਗਿਆ ਔਰ ਕਹਿ ਸਕਦੇ ਕਿ ਉਹਨਾਂ ਮੋਢੀਆਂ ਅਕਾਲੀਆਂ ਚੋਂ ਸੁਰਜੀਤ ਸਿੰਘ ਬਰਨਾਲਾ ਸੀ, ਜਿਹਨਾਂ ਨੇ ਪੰਜਾਬ ਦੇ ਵਿੱਚ ਇੱਕ ਅਕਾਲੀ ਲਹਿਰ ਨੂੰ ਖੜਾ ਕੀਤਾ ਗਿਆ ਸੀ ਤੇ ਇਸ ਕਰ ਕਿਹਾ ਜਾ ਸਕਦਾ ਕਿ ਖਾਸ ਕਰਕੇ ਪੰਜਾਬ ਲਈ ਇਹ ਕਾਫੀ ਵੱਡਾ ਘਾਟਾ ਹੈਗਾ। ਜੀ ਜਗਤਾਰ, ਬਹੁਤ ਬਹੁਤ ਧੰਨਵਾਦ ਫਿਲਹਾਲ ਇਸ ਜਾਣਕਾਰੀ ਦੇ ਲਈ। ਤਾਂ ਦੱਸਿਆ ਜਾ ਰਿਹਾ ਕਿ ਪਰਸੋਂ ਤੋਂ ਜ਼ੇਰੇ ਇਲਾਜ ਸਨ, 92 ਸਾਲ ਦੀ ਉਹਨਾਂ ਦੀ ਉਮਰ ਸੀ। ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ ਹੋ ਗਿਆ ਅਤੇ ਕੱਲ੍ਹ ਦੱਸਿਆ ਜਾ ਰਿਹਾ ਬਰਨਾਲਾ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ ਹੋ ਗਿਆ।